ਬਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਾਹਮਣੇ ਤੁਆਰੀ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਮ੍ਰਿਤਕ ਜਸਵੀਰ ਸਿੰਘ ਦੀ ਉਮਰ 55 ਸਾਲ ਦੇ ਕਰੀਬ ਸੀ ਅਤੇ ਡੈਰੀ ਦਾ ਕੰਮ ਕਰਦਾ ਸੀ, ਲੇਕਿਨ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਉੱਥੇ ਹੀ ਉਸਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ, ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਕੀ ਨਾਮ ਮੁੰਡੇ ਜਿਹਦੀ ਮੌਤ ਹੋਈ? ਤੁਸੀਂ ਜਸਵੀਰ ਸਿੰਘ ਜੀ। ਕੀ ਕੰਮ ਕਰਦਾ ਜੀ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ ਹੈਗੇ? ਲੱਖੋਰਾ ਦੇ ਜੀ। ਉਹ ਡੇਅਰੀ ਦੇ ਆਏ ਸੀ ਜੀ। ਅੱਛਾ ਜੀ। ਸਾਹਮਣੇ ਡੇਅਰੀ ਆ, ਉੱਥੇ ਐਕਸੀਡੈਂਟ ਹੋਇਆ। ਤੁਹਾਡੇ ਕੀ ਲੱਗਦੇ? ਮੇਰਾ ਬ੍ਰਦਰ ਸੀ ਜੀ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ ਹੈਗਾ? ਹਾਂਜੀ, ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਜਿੰਨਾਂ ਦੀ ਡੈਥ ਹੋਈ ਹੈ? ਉਹਨਾਂ ਦਾ ਬੇਟਾ ਹੈ, ਬੇਟੀ ਹੈ, ਵਾਈਫ ਹੈ ਉਹਨਾਂ ਦੀ, ਬਾਕੀ ਭਰਾ ਨੇ ਉਹਨਾਂ ਦੇ। ਡਾਕਟਰ ਸਮਿਤੀ, ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਇਹਦੇ ਬਾਰੇ ਦੱਸ ਦਿਓ। ਹਾਂਜੀ, ਸਾਡੇ ਕੋਲ ਸਵੇਰੇ ਜਿਹੜੇ ਜਸਵੀਰ ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ, ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ। ਜਦੋਂ ਆਏ ਸੀ ਉਦੋਂ ਕੰਡੀਸ਼ਨ ਕਾਫੀ ਸੀਰੀਅਸ ਸੀਗੀ, ਗੈਸਟਿੰਗ ਦੇ ਸੀਗੇ, ਅਤੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ, ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਦਿੱਤੇ ਸੀ। ਇਹਦੀ 54 ਈਅਰ। ਠੀਕ ਆ। ਐਕਸੀਡੈਂਟ ਹੋਇਆ ਜੀ ਅੱਡਾ ਸ਼ਾਹਬਾਦ ਜੀਡੀ ਰੋਡ 'ਤੇ ਹੋਇਆ ਜੀ। ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਵਰ ਸਿੰਘ, ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ, ਜਿਹਦਾ ਸਿਵਲ ਹਸਪਤਾਲ ਤੋਂ ਡੈੱਡ ਬਾਡੀ ਜਮ੍ਹਾਂ ਕਰਵਾ ਕੇ ਅਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ। ਅਤੇ ਮ੍ਰਿਤਕ ਆ ਇਹਦੇ ਹੈਗਾ ਲੱਖੋਰਾ ਪਿੰਡ ਦਾ ਜੀ, ਉਹ 55 ਸਾਲ ਦੇ ਕਰੀਬ ਇਹਦੀ ਉਮਰ ਆ ਜੀ। ਇਹ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਸ਼ਾਹਬਾਦ ਡੇਅਰੀ 'ਚ ਦੁੱਧ ਦੇਣ ਆ ਰਿਹਾ ਸੀ ਜੀ।